ਸਵੇਰੇ 5 ਵਜੇ ਜਦੋਂ ਅਸੀਂ ਗੇਟ ਖੋਲਿਆ ਉਹਦਾ ਨਾਲ ਦਾ ਮਤਲਬ ਬਾਹਰੋਂ ਲੋਕ ਲੱਗਿਆ ਸੀਗਾ, ਅਸੀਂ ਮਸਾਂ ਖੋਲਿਆ ਉਹ ਫਿਰ ਵੇਖਿਆ ਵੀ ਸਾਰਾ ਸਮਾਨ ਚੋਰੀ ਹੋਇਆ, ਸਾਨੂੰ ਪਤਾ ਨਹੀਂ ਲੱਗਿਆ ਵੀ ਕੌਣ ਹੈ। ਅਸੀਂ ਤਾਂ ਦੂਜੇ ਕਮਰੇ ਚ ਪਏ ਸੀਗੇ, ਸਾਨੂੰ ਕੁੰਡਾ ਲਾ ਦਿੱਤਾ ਤੇ ਸਮਾਨ ਜਿਹੜਾ ਇੱਧਰ ਪਿਆ ਸੀ ਸੋਨੇ ਦਾ ਸੈੱਟ ਸੀਗਾ 2.5 ਤੋਲਿਆਂ ਦਾ ਤੇ ਨਾਲ ਪੈਸੇ ਸੀਗੇ ਸਾਰਾ, ਉਹਨਾਂ ਦਾ ਸਾਰਾ ਲੈ ਗਏ। ਸਾਨੂੰ ਕੁੰਡਾ ਲਾ ਤਾ ਦੂਜੇ ਕਮਰੇ ਚ, ਜਦੋਂ ਅਸੀਂ ਸਵੇਰੇ ਵੇਖਿਆ ਤੇ ਕੁਛ ਵੀ ਕੋਈ ਨਹੀਂ ਪਿਆ। ਸ਼੍ਰੀ ਮੁਕਤਸਰ ਸਾਹਿਬ ਦੇ ਭੁੱਲਰ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਪਏ 2.5 ਤੋਲੇ ਸੋਨਾ ਤੇ 30,000 ਰੁਪਏ ਨਕਦੀ ਚੋਰੀ ਕਰ ਚੋਰ ਫਰਾਰ ਹੋ ਗਏ ਨੇ। ਮਕਾਨ ਮਾਲਕ ਰੋਹਿਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੇਰ ਰਾਤ ਕਰੀਬ 1:30 ਵਜੇ ਤੋਂ ਲੈ ਕੇ 4 ਵਜੇ ਤੱਕ ਚੋਰਾਂ ਨੇ ਸਾਡੇ ਘਰ ਦੇ ਵਿੱਚ ਦਾਖਲ ਹੋ ਕੇ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ ਚੋਰੀ ਕਰ ਚੋਰ ਫਰਾਰ ਹੋ ਗਏ ਨੇ। ਰੋਹਿਤ ਕੁਮਾਰ ਨੇ ਦੱਸਿਆ ਕਿ ਚੋਰ ਸਾਡੀ ਛੱਤ ਦੇ ਉੱਪਰੋਂ ਘਰ ਦੇ ਅੰਦਰ ਦਾਖਲ ਹੋਏ ਸਨ ਤੇ ਚੋਰੀ ਕਰਕੇ ਜਾਂਦੇ ਵਕਤ ਸਾਨੂੰ ਘਰ ਦੇ ਵਿੱਚ ਕੁੰਡਾ ਲਗਾ ਕੇ ਬੰਦ ਕਰ ਗਏ ਤੇ ਜਦ ਅਸੀਂ ਸਵੇਰੇ ਉੱਠ ਕੇ ਦੇਖਿਆ ਕਿ ਬਾਹਰੋਂ ਗੇਟ ਨੂੰ ਕੁੰਡਾ ਲੱਗਿਆ ਹੋਇਆ ਸੀ ਤਾਂ ਉਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਕੁੰਡਾ ਖੋਲ ਕੇ ਅਸੀਂ ਬਾਹਰ ਨਿਕਲੇ ਤੇ ਜਦ ਅਸੀਂ ਅਲਮਾਰੀ ਦੇਖੀ ਤਾਂ 2.5 ਤੋਲੇ ਸੋਨਾ ਤੇ ਕਰੀਬ 30,000 ਨਕਦੀ ਚੋਰੀ ਕਰ ਚੋਰ ਫਰਾਰ ਹੋ ਗਏ ਸਨ। ਰੋਹਿਤ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਾਰਵਾਈ ਕਰਕੇ ਚੋਰਾਂ ਨੂੰ ਫੜਿਆ ਜਾਵੇ। ਇਹਦਾ ਕੀ ਨਾਮ ਹੈ? ਰੋਹਿਤ ਕੁਮਾਰ ਜੀ। ਕੀ ਕਰੂੰਗੇ? ਕਦੋਂ ਇਹ ਵੀ ਰਾਤ ਨੂੰ ਇਹਦੇ ਨਾਲ ਦੇ ਕੋਲ ਸੁੱਤੇ ਸੀਗੇ, ਰਾਤ ਨੂੰ ਸ਼ਾਇਦ ਇਹ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਸਾਡੇ ਇੱਥੇ ਨਾਲ ਦੇ ਕਮਰੇ ਇਸ ਅਲਮਾਰੀ ਦੇ ਵਿੱਚ ਸੋਨਾ ਪਿਆ ਸੀ 2.5 ਤੋਲੇ, 30,000 ਰੁਪਏ ਨਕਦੀ ਸੀਗੀ, ਉਹ ਚੋਰੀ ਹੋ ਗਿਆ ਘਰ ਨੂੰ। ਸਵੇਰੇ 5 ਵਜੇ ਜਦੋਂ ਅਸੀਂ ਗੇਟ ਖੋਲਿਆ ਉਹਦਾ ਨਾਲ ਦਾ ਮਤਲਬ ਬਾਹਰੋਂ ਲੋਕ ਲੱਗਿਆ ਸੀਗਾ, ਅਸੀਂ ਮਸਾਂ ਖੋਲਿਆ ਉਹ ਫਿਰ ਵੇਖਿਆ ਵੀ ਸਾਰਾ ਸਮਾਨ ਚੋਰੀ ਹੋਇਆ, ਸਾਨੂੰ ਪਤਾ ਨਹੀਂ ਲੱਗਿਆ ਵੀ ਕੌਣ ਹੈ। ਸੋਨੇ ਦੇ ਨਾਲ ਹੋਰ ਕੀ ਸੁੱਸ ਸੀ ਜਿਹੜਾ ਚੋਰੀ ਹੋਇਆ? ਪਰਸ ਸੀਗਾ, ਪਰਸ ਵਿੱਚ ਕਿਹੜੇ 10,000 ਜਿਵੇਂ 15,000 ਸੀਗਾ, 30,000 ਰੁਪਇਆ ਸੀਗਾ ਸਾਰਾ ਟੋਟਲੀ। ਅੱਛਾ, ਤੇ ਹੋਰ ਵੀ ਕੁਝ ਲੈ ਕੇ ਗਏ ਇਸ ਤੋਂ ਇਲਾਵਾ? ਹੋਰ ਮਾੜਾ ਮੋਟਾ ਬੇਟੀ ਦਾ ਸਮਾਨ ਪਿਆ ਸੀਗਾ ਜੀ, ਆਰਟੀਫਿਸ਼ੀਅਲ ਸੀਗੇ ਕੜੇ ਕੁੜੇ, ਉਹ ਹੀ ਲੈ ਗਏ ਸੀਗੇ ਪਰਸ ਵਿੱਚ ਪਏ ਸੀਗੇ। ਡੇਢ ਤੋਂ ਲੈ ਕੇ ਚਾਰ ਵਜੇ ਦੇ ਵਿੱਚ ਹੋਇਆ ਨਾ ਵਾਕਾ ਇਹ ਸਾਨੂੰ ਕੁਛ ਨੀ ਪਤਾ ਲੱਗਿਆ ਉਸ ਟਾਈਮ ਦੇ ਵਿੱਚ ਵੀ ਕੌਣ ਆਇਆ ਕੌਣ ਨਹੀਂ ਆਇਆ, ਧੱਕੇ ਨਾਲ ਮਤਲਬ 2-3 ਵਾਰੀ ਝਟਕੇ ਨਾਲ ਖੋਲਿਆ, ਮਾੜਾ ਗੇਟ ਵੀ ਟੁੱਟ ਗਿਆ ਉਹ ਮੁੰਡਾ ਦਾ, ਫਿਰ ਮਸਾਂ ਖੋਲਿਆ ਫਿਰ ਪਤਾ ਲੱਗਿਆ ਸਾਨੂੰ ਨਾਲ ਦਾ ਕਮਰਾ ਖੁੱਲਿਆ ਪਿਆ, ਅਸੀਂ ਆਪਦੀ ਅਲਮਾਰੀ ਫਲੋਰੀ ਕੁਛ ਵੀ ਨੀ ਮਿਲਿਆ ਸਾਨੂੰ, ਇਹਦੇ ਵਿੱਚ ਸਾਡਾ ਸਮਾਨ ਸੀਗਾ ਸਾਡਾ ਚੋਰੀ। ਉਹ ਸਾਡੀ ਮੰਗ ਇਹੀ ਹੈ ਜੀ ਸਾਡਾ ਸਮਾਨ ਸਾਰਾ ਵਾਪਸ ਮਿਲਿਆ ਜਾਵੇ ਸਾਨੂੰ, ਵੀ ਜਿਹੜੇ ਬੰਦੇ ਦੋਸ਼ੀ ਉਹਨੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਸਾਡਾ ਸਮਾਨ ਜਲਦੀ ਜਲਦੀ ਸਾਡਾ ਵਾਪਸ ਦਵਾਇਆ ਜਾਵੇ। ਅਸੀਂ ਤਾਂ ਦੂਜੇ ਕਮਰੇ ਚ ਪਏ ਸੀਗੇ, ਸਾਨੂੰ ਕੁੰਡਾ ਲਾ ਦਿੱਤਾ ਤੇ ਸਮਾਨ ਜਿਹੜਾ ਇੱਧਰ ਪਿਆ ਸੀ ਸੋਨੇ ਦਾ ਸੈੱਟ ਸੀਗਾ 2.5 ਤੋਲਿਆਂ ਦਾ ਤੇ ਨਾਲ ਪੈਸੇ ਸੀਗੇ ਸਾਰਾ, ਉਹਨਾਂ ਦਾ ਸਾਰਾ ਲੈ ਗਏ। ਸਾਨੂੰ ਕੁੰਡਾ ਲਾ ਤਾ ਦੂਜੇ ਕਮਰੇ ਚ, ਜਦੋਂ ਅਸੀਂ ਸਵੇਰੇ ਵੇਖਿਆ ਤੇ ਕੁਛ ਵੀ ਕੋਈ ਨੀ ਪਿਆ। ਤੇ ਕਿੰਨਾ ਕੁ ਸੀਗਾ ਜੀ
ਕੋਲ ਪੈਸੇ ਕਿੰਨੇ? 30,000 ਰੁਪਇਆ ਇਹਨਾਂ ਦਾ ਸੀ ਤੇ ਸੋਨੇ ਦਾ ਸੈੱਟ ਸੀ। ਕਿੰਨੇ ਕੁ ਵਜੇ ਦੀ ਘਟਨਾ? ਕਿੰਨੇ ਕੁ ਵਜੇ ਦੀ ਘਟਨਾ? 1-1.5 ਵਜੇ ਤੋਂ ਬਾਅਦ ਦੀ ਹੈ, 4-4.5 ਵਜੇ ਤੱਕ। ਸਾਨੂੰ ਕੁਛ ਨੀ ਪਤਾ, ਅਸੀਂ ਤਾਂ 5 ਵਜੇ ਵੇਖਿਆ ਉੱਠ ਕੇ ਬਾਹਰੋਂ, ਬੂਹਾ ਬੱਸਾਂ ਖੋਲਿਆ। ਹੋਰ ਵੀ ਕੁਛ ਲੈ ਕੇ ਗਏ ਇਸ ਤੋਂ ਇਲਾਵਾ? ਬਸ ਆਹੀ ਦੋ ਚੀਜ਼ਾਂ, ਪੈਸੇ ਤੇ ਸੋਨਾ। ਅਸੀਂ ਗਰੀਬ ਬੰਦੇ, ਸਾਡੇ ਕੋਲ ਸਾਡਾ ਇਨਸਾਫ ਕੀਤਾ ਜਾਵੇ, ਚੋਰ ਫੜਿਆ ਜਾਵੇ, ਸਾਨੂੰ ਪੈਸੇ ਵਾਪਸ ਮਿਲਣੇ। ਚੋਰਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਅਰੇ ਖਾਲੀ ਕਰ ਗਿਆ।